ਬਾਗੀ ਦੂਜੀ ਕਾਮਯਾਬ ਫਿਲਮ ਸੀ ਇਸ ਫਿਲਮ ਦੇ ਹਿਦਾਇਤਕਾਰ ਅਸ਼ਫਾਕ ਮਲਕ ਕੈਮਰਾਮੈਨ ਰਿਆਜ਼ ਅਹਿਮਦ ਤੇ ਸੁਦੀਰ ਹੁਰਾ ਮਿਲ ਕੇ ਇਸ ਫਿਲਮ ਨੂੰ ਬਣਾਇਆ ਇਹ ਪਹਿਲੀ ਪਾਕਿਸਤਾਨੀ ਫਿਲਮ ਸੀ ਜਿੰਨੂੰ ਚੀਨੀ ਜ਼ੁਬਾਨ ਵਿੱਚ ਡਬ ਕਰਕੇ ਚੀਨ ਵਿੱਚ ਵਖਾਇਆ ਇਸ ਫਿਲਮ ਵਿੱਚ ਕੋਈ ਇੱਕ ਵੀ ਅਜੇਹਾ ਗੀਤ ਨਹੀਂ ਸੀ ਜਿੰਨੂੰ ਲੋਕਾਂ ਪਸੰਦ ਕੀਤਾ ਹੋਵੇ ਤੇ ਉਹ ਯਾਦਗਾਰ ਰਹਿ ਗਿਆ ਹੋਵੇ ਇਸ ਵਾਰ ਇੱਕ ਹੋਰ ਉਰਦੂ ਫਿਲਮ ਅਨੋਖੀ ਬਣੀ ਇਹ ਫਿਲਮ ਪਾਵੇਂ ਨਾਕਾਮ ਹੋ ਗਈ ਪਰ ਇਹ ਅਨੋਖੀ ਹੀ ਰਹੀ ਉਰਦੂ ਵਾਲਿਆਂ ਆਪਣੀਆਂ ਫਿਲਮਾਂ ਕਾਮਯਾਬ ਕਰਾਉਣ ਵਾਸਤੇ ਬੰਬੇ ਤੋਂ ਅਦਾਕਾਰਾਂ ਤੇ ਹਿਦਾਇਤਕਾਰਾਂ ਨੂੰ ਸੱਦਣ ਦਾ ਸਿਲਸਿਲਾ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤਾ ਹੋਇਆ ਸੀ ਇਸ ਫਿਲਮ ਵਾਸਤੇ ਬੰਬੇ ਦੀ ਸ਼ੀਲਾ ਰਾਮਾਣੀ ਨੂੰ ਸੱਦਿਆ ਗਿਆ ਇਹ ਬੀਬੀ ਪ੍ਰੋਡਿਊਸਰ ਸ਼ੇਖ ਲਤੀਫ ਹਸਨ ਦੀ ਭਾਂਜੀ ਸੀ ਅਦਾਕਾਰ ਲਹਿਰੀ ਦੀ ਇਹ ਪਹਿਲੀ ਫਿਲਮ ਸੀ। ਕਲਕੱਤੇ ਦੇ ਮੌਸਿਕਾਰ ਤਮਰ ਬਰਨ ਨੂੰ ਮੌਸਿਕੀ ਵਾਸਤੇ ਸੱਦਿਆ ਗਿਆ। ਅਦਾਕਾਰ ਸ਼ਾਹਨਵਾਜ਼ ਨੇ ਡਾਇਰੈਕਸ਼ਨ ਦਿੱਤੀ। ਇਹ ਅਸਲ ਵਿੱਚ ਅੰਗਰੇਜ਼ੀ ਫਿਲਮ ਜੀਓ ਲਿਸ ਸ਼ੈਨੂ ਰੀਟਾ ਦੀ ਨਕਲ ਸੀ। ਇੰਝ ਹੀ ਇਸੇ ਵਰੇ ਉਰਦੂ ਵਾਲਿਆਂ ਭਾਰਤ ਦੀ ਇੱਕ ਸੁਪਰ ਹਿੱਟ ਫਿਲਮ ਨੂੰ ਨਕਲ ਕਰਨਾ ਛੋ ਦਿੱਤਾ। ਇਸੀ ਨਕਲ ਉਤੇ ਇੱਕ ਲਖਤੇ ਜਿਗਰ ਤੇ ਦੂਜੀ ਹਮੀਦਾ ਬਣੀ। ਇਨ੍ਹਾਂ ਵਿੱਚੋਂ ਹਮੀਦਾ ਜਿੱਤ ਗਈ ਜਦ ਕਿ ਲਖਤੇ ਜਿਗਰ ناکਾਮ ਹੋ ਗਏ ਹਮੀਦਾ ਵਿੱਚ ਇਜਾਜ਼ ਤੇ ਲਖਤੇ ਜਿਗਰ ਵਿੱਚ ਹਬੀਬ ਪਹਿਲੀ ਵਾਰੀ ਸਾਹਮਣੇ ਆਏ ਇਸ ਵਾਰ ਦੀ ਅਗਲੀ ਉਰਦੂ ਕਾਮਯਾਬ ਫਿਲਮ ਕਿਸਮਤ ਸੀ ਇਤਲਾਕ ਦੇ ਮوضوع ਉੱਤੇ ਬਣੀ ਇਹ ਇੱਕ ਕਰੇਲੂ ਤੇ ਮੁਖੌਲੀਆ ਫਿਲਮ ਸੀ ਇਸ ਵਿੱਚ ਕੰਮ ਕਰਨ ਉੱਤੇ ਇਸਮਾਇਲ ਹੋਰਾਂ ਨੂੰ ਸਰਦਾਰਤੀ ਐਵਾਰਡ ਮਿਲਿਆ ਇਸ ਵਾਰੇ ਕਾਮਯਾਬ ਹੋਣ ਵਾਲੀਆਂ ਉਰਦੂ ਫਿਲਮਾਂ ਵਿੱਚੋਂ ਛੋਟੀ ਬੇਗਮ ਤੇ ਸਰਫਰੋਸ਼ ਦਾਵੀ ਨਾ ਆਉਂਦਾ ਹੈ ਇਹਨਾਂ ਵਿੱਚੋਂ ਸਰਫਰੋਸ਼ ਮਲਕੀ ਜਜ਼ਬੇ ਜਾਂ ਦੇਸ਼ ਪਿਆਰ ਦੀ ਫਿਲਮ ਸੀ ਇਸ ਪੱਖ ਤੋਂ ਇਹ ਇੱਕ ਕਾਮਯਾਬ ਫਿਲਮ ਸਾਬਤ ਹੋਈ ਪੰਜਾਬੀ ਫਿਲਮਾਂ ਦੇ ਪ੍ਰਸੰਗ ਵਿੱਚ ਜੇ ਕਾਮਯਾਬ ਫਿਲਮਾਂ ਉੱਤੇ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਫਿਲਮ ਦੁੱਲਾ ਪੱਟੀ ਦਾ ਨਾਂ ਆਉਂਦਾ ਹੈ ਇਹ ਪੰਜਾਬ ਦੇ ਹੀਰੋ ਦੁੱਲੇ ਪੱਟੀ ਦੇ ਜੀਵਨ ਉੱਤੇ ਬਣਨ ਵਾਲੀ ਫਿਲਮ ਸੀ ਇਸ ਹੀਰੋ ਤੋਂ ਲੋ ਪਹਿਲੋਂ ਤੋਂ ਹੀ ਜਾਣੂ ਸਨ ਇਸ ਵਾਸਤੇ ਹੀਰੋ ਜਾਂ ਫਿਲਮ ਦੇ ਨਾਟੋਂ ਕਿਸੇ ਨੂੰ ਜਾਣੂ ਕਰਵਾਉਣ ਦੀ ਲੋੜ ਨਹੀਂ ਸੀ ਹਿਦਾਇਤਕਾਰ ਐਮ ਐਸ ਧਾਰ ਤੇ ਬਾਬਾ ਚਿਸ਼ਤੀ ਹੋਰਾ ਇਸ ਫਿਲਮ ਨੂੰ ਇੱਕ ਯਾਦਗਾਰ ਫਿਲਮ ਬਣਾ ਦਿੱਤਾ ਸਬੀਆ ਸੁਧੀਰ ਆਸ਼ ਬੋਸਲੇ ਐਮ ਇਸਮਾਇਲ ਤੇ ਗੁਲਾਮ ਮੁਹੰਮਦ ਇਸ ਫਿਲਮ ਦੇ ਉੱਗੇ ਅਦਾਕਾਰ ਸਨ ਇਸ ਫਿਲਮ ਦੀ ਕਾਮਯਾਬੀ ਅਸਲ ਵਿੱਚ ਬਾਬਾ ਚਿਸ਼ਟੀ ਹੋਰਾਂ ਦੀ ਕਾਮਯਾਬੀ ਸੀ ਉਹਨਾਂ ਦੇ ਗੀਤਾਂ ਇਸ ਫਿਲਮ ਨੂੰ ਅਜਿਹੇ ਸ਼ਿੰਗਾਰਿਆ ਪਈ ਲੋਕ ਇਸ ਦੇ ਜਾਦੂ ਵਿੱਚ ਗਿਲੇ ਗਏ ਇੱਕ ਗੀਤੇ ਨਜ਼ਰ ਮਾਰੋ ਵਾਸਤੇ ਹੀ ਰੱਬ ਦਾ ਤੂੰ ਜਾਈ ਵੇ ਕਬੂਤਰਾ ਚਿੱਠੀ ਮੇਰੇ ਢੋਲ ਨੂੰ ਪਹੁੰਚਾਈ ਵੇ ਕਬੂਤਰਾ ਇਸ ਫਿਲਮ ਦਾ ਸਰਤਾਜ ਗੀਤ ਸੀ ਇਸ ਫਿਲਮ ਨੇ ਇਨੀ ਕਮਾਈ ਕੀਤੀ ਕਿ ਆਗਾ ਜੀ ਗੁਲ ਪੁਰਾ ਮੁਲਤਾਨ ਰੋਡ ਉੱਤੇ 4 ਕਨਾਲ ਜ਼ਮੀਨ ਖਰੀਦ ਕੇ ਉਹਦੇ ਉੱਤੇ ਸਟੂਡੀਓ ਬਣਾਇਆ ਤੇ ਉਸ ਦਾ ਨਾਮ ਐਵਨਿਊ ਸਟੂਡੀਓ ਰੱਖਿਆ ਮੁਸਲਿਮ ਟਾਊਨ ਵਾਲੇ ਸਟੂਡੀਓ ਨੂੰ ਪੁਰਾਣਾ ਐਵਨਿਊ ਸਟੂਡੀਓ ਬਣਾਇਆ ਇਹ ਪੰਜਾਬੀ ਫਿਲਮਾਂ ਦੀ ਰੀਤ ਹੈ ਕਿ ਕੱਟ ਵੱਧ 47 ਤੋਂ ਪਹਿਲਾਂ ਤੇ ਬਾਅਦ ਦੇ ਸਾਰੇ ਸਟੂਡੀਓ ਹੀ ਕਿਸੇ ਨਾ ਕਿਸੇ ਪੰਜਾਬੀ ਫਿਲਮ ਦੀ ਕਮਾਈ ਨਾਲ ਬਣੇ ਹਨ ਇਸ ਥਾਂ ਇਸੇ ਹੀ ਬਰੇ ਦੀ ਇੱਕ ਹੋਰ ਯਾਦਗਾਰ ਤੇ ਕਾਮਯਾਬ ਫਿਲਮ ਦਾ ਜ਼ਿਕਰ ਜ਼ਰੂਰੀ ਹੈ ਇਸ ਫਿਲਮ ਦਾ ਨਾਂ ਹੈ ਮਾਹੀ ਮੁੰਡਾ ਪੰਜਾਬੀ ਜ਼ੁਬਾਨ ਵਿੱਚ ਇਸ ਫਿਲਮ ਨੂੰ ਐਮ ਜੇ ਰਾਣਾ ਹੁਰਾ ਬਾਰੀ ਮਲਕ ਹੁਰਾ ਵਾਸਤੇ ਬਣਾਇਆ ਇਸ ਦੀ ਮੂਸਿਕੀ ਬਾਬਾ ਜੀਏ ਚਿਸ਼ਟੀ ਦੀ ਸੀ ਮੁਸਰਤ ਨजीर ਸੁधीर ਅਜਮਲ ਜ਼ਰੀਫ ਤੇ ਇlias ਕਸ਼ਮੀਰੀ ਇਸ ਦੇ ਅਦਾਕਾਰ ਸਨ ਇਸ ਫਿਲਮ ਨੇ ਮੀ ਰਾਜ ਕਮਾਈ ਕੀਤੀ ਤੇ ਇਸ ਦੀ ਕਮਾਈ ਨਾਲ ਬਾਰੀ ਮਲਕ ਹੁਰਾ ਮਲਤਾਨ ਰੋਡ ਉੱਤੇ ਐਵਰਨਿਊ ਤੇ ਸ਼ਾ ਨੂਰ ਸਟੂਡੀਓ ਵਿਚਾਲੇ 70 ਕਨਾਲ ਜ਼ਮੀਨ ਖਰੀਦ ਕੇ ਆਪਣਾ ਨਵਾਂ ਸਟੂਡੀਓ ਬਣਾਇਆ ਜਿਸ ਦਾ ਨਾਂ ਉਹਨਾਂ ਬਾਰੀ ਸਟੂਡੀਓ ਰੱਖਿਆ ਜਬਰੂ ਤੀਜੀ ਪੰਜਾਬੀ ਫਿਲਮ ਸੀ ਜਿਨ ਨੇ ਇਸ ਵਾਰੇ ਧੁੰਮ ਮਚਾਈ ਇਸ ਫਿਲਮ ਦੇ ਘਟਵਰ ਸਾਰੇ ਲੋਕ ਹੀ ਨਵੇਂ ਸਨ ਹੀਰੋ ਇੱਕ ਮੇਕਅਪ ਮੈਨ ਅਕਮਲ ਸੀ ਜੋ ਫਿਲਮ ਐਕਟਰ ਮੁਹੰਮਦ ਅਜਮਲ ਦਾ ਨਕਾਪਰਾ ਸੀ ਇਸਦੀ ਹੀਰਵਨ ਦੂਜੇ ਦਰਜੇ ਦੀ ਹੀਰਵਨ ਸੀ ਯਾਸਮੀ ਹਿਦਾਇਤਕਾਰ ਮੰਜ਼ਰ ਤਾਹਿਰ ਪੱਟੀ ਤੇ ਸੰਗੀਤਕਾਰ ਆਸ਼ਿਕ हुसैन ਹੋਰਾਂ ਦੀ ਵੀ ਇਹ ਪਹਿਲੀ ਫਿਲਮ ਸੀ ਮੰਜ਼ਰ ਤਾਹਿਰ ਅਦਾਕਾਰਾ ਮਨਵਰ ਸੁਲਤਾਨਾ ਦਾ ਪਰਾ ਸੀ ਇਸ ਫਿਲਮ ਦੀ ਕਹਾਣੀ ਅੰਗਰੇਜ਼ਾਂ ਖਿਲਾਫ ਲੜਨ ਵਾਲੇ ਪੰਜਾਬੀ ਸੂਰਮਿਆਂ ਨੂੰ ਸામਣੇ ਰੱਖ ਕੇ ਲਿਖੀ ਗਈ ਸੀ ਜਿਹਨੂੰ ਲੋਕਾਂ ਬੇਅੰਤ ਪਸੰਦ ਕੀਤਾ ਇਸ ਦੇ ਗੀਤ ਉਰਦੂ ਦੇ ਮਸ਼ਹੂਰ ਸ਼ਾਇਰ ਸਾਗਰ ਸਿੱਦੀਕੀ ਹੁਰਾਂ ਲਿਖੇ ਇਸ ਦੇ ਯਾਦਗਾਰ ਗੀਤਾਂ ਵਿੱਚੋਂ ਕੁਝ ਇੰਜ ਨੇ ਨੰਬਰ 1 ਮੈਨੂੰ ਡੰਡੀਆਂ ਕਢਾ ਕੇ ਦੇ ਗਿਆ ਨੀ ਮੁੰਡਾ ਮਾਝੇ ਦਾ ਨੰਬਰ 2 ਲਾਲ ਮੇਰੀ ਪੱਤ ਰਖਿਓ ਭਲਾ ਝੂਲੇ ਲਾਲਾ ਸਿੱਕੇਦਾਰ ਚੰਨ ਮਾਹੀ ਚੌਥੀ ਕਾਮਯਾਬ ਪੰਜਾਬੀ ਫਿਲਮ ਸੀ ਇਸ ਨੂੰ ਅਨਵਰ ਕਮਾਲ ਪਾਸ਼ਾ ਹੋਰਾਂ ਆਪਣੀ ਹਿਦਾਇਤਕਾਰੀ ਦਿੱਤੀ ਬਹਾਰ ਇਸ ਦੀ ਹੀਰਵਨ ਜਦ ਕੇ ਅਸਲਮ ਪਰਵੇਜ਼ ਹੀਰੋ ਸਨ ਆਸਿਫ ਜਾ ਨਿਗਤ ਤੇ ਐਮ ਇਸਮਾਇਲ ਨਾਮਵਰ ਫਨਕਾਰ ਸਨ ਜਿਨ੍ਹਾਂ ਆਪਣੀ ਕਲਾ ਦਾ ਭਰਪੂਰ ਵਿਖਾੜਾ ਕੀਤਾ ਬਹਾਰ ਦੀ ਇਹ ਪਹਿਲੀ ਫਿਲਮ ਸੀ ਜਿਹੜੀ ਰਸ਼ੀਦ ਅਤਰੇ ਦੀ ਮੌਸੀਕੀ ਪਾਰੋਂ ਸੁਪਰ ਹਿੱਟ ਹੋਈ ਇਸ ਦੇ ਮਸ਼ਹੂਰ ਗੀਤ ਇਹ ਨੇ ਨੰਬਰ 1 ਸਾਡੇ ਅੰਗ-ਅੰਗ ਦੇ ਵਿੱਚ ਪਿਆਰ ਨੇ ਪਿੰਗਾ ਪਾਈਆਂ ਨੇ ਨੰਬਰ 2 ਬੁੰਦੇ ਚਾਂਦੀ ਦੇ ਸੋਨੇ ਦੀ ਨੱਥ ਲੈ ਨੰਬਰ 3 ਤੈਨੂੰ ਚੁੰਮ-ਚੁੰਮ ਦਿਲ ਨਾਲ ਲਾਵਾ ਸਦਕੜੇ ਜਾਵਾ ਨੀ ਚਿੱਠੀਏ ਸੱਜਣਾ ਦੀ ਨੰਬਰ 4 ਮਾਹੀ ਮੌਤ ਦਾ ਸੁਨੇਹਾ ਦਿੱਤਾ ਕੱਲ੍ਹ ਵੇ ਇਸ ਦੁਨੀਆ ਤੋਂ ਦੂਰ ਦਿਲਾ ਚੱਲ ਵੇ ਇਸੇ ਹੀ ਸਾਲ ਦੀ ਚੌਥੀ ਕਾਮਯਾਬ ਪੰਜਾਬੀ ਫਿਲਮ ਪਿੰਗਾ ਸੀ ਇਸ ਦੇ ہدایتਕਾਰ ਅਮੀਨ ਮਲਕ ਮوسیਕੀ ਜੀਏ ਚਿਸ਼ਤੀ ਹੀਰਵਨ ਮੁਸਰਤ ਨਜ਼ੀਰ ਤੇ ਹੀਰੋ ਅਸਲਮ ਪਰਵੇਜ਼ ਜਦੋਂ ਕਿ ਦੂਜੇ ਵੱਡੇ ਫਨਕਾਰਾਂ ਵਿੱਚ ਅਲਾਉਦੀਨ ਤੇ ਜ਼ਰੀਫ ਸ਼ਾਮਲ ਸਨ ਪਿੰਗਾ ਇੱਕ ਯਾਦਗਾਰ ਫਿਲਮ ਸੀ ਤੇ ਇਸ ਦੇ ਗੀਤ ਅੱਜ ਵੀ ਦਿਲਾਂ ਉੱਤੇ ਰਾਜ ਕਰ ਰਹੇ ਹਨ ਵਨਗੀ ਪੱਖੋਂ ਨੰਬਰ 1 ਚੁੰਨੀ ਲੈ ਕੇ ਸਿਤਾਰਿਆਂ ਵਾਲੀ ਨੰਬਰ 2 ਗੋਰੀ ਗੋਰੀ ਧੁੱਪ ਚੰਨਾ ਕਾਲੀ ਕਾਲੀ ਛਾਂਵੇ ਨੰਬਰ 3 ਤੈਨੂੰ ਭੁੱਲ ਗਈਆਂ ਸਾਡੀਆਂ ਚਾਹਾਂ ਬੇਸਾ ਤੇ ਨੋਕੀ ਆਖਣਾ ਇਸ ਵੇ ਹਿਦਾਇਤਕਾਰ ਹੁਸਨੈਨ ਫਜ਼ਲੀ ਕਰਾਚੀ ਵਿੱਚ 9 ਜੁਲਾਈ ਨੂੰ ਪੂਰੇ ਹੋ ਗਏ ਹੁਸਨੈਨ ਫਜ਼ਲੀ ਹਰਾ ਪਾਵੇਂ ਲਾਹੌਰ ਦੀ ਫਿਲਮ ਇੰਡਸਟਰੀ ਵਿੱਚ ਕੋਈ ਕੰਮ ਨਹੀਂ ਕੀਤਾ ਪਰ ਉਹਨਾਂ ਦਾ ਪੂਰਾ ਪਰਿਵਾਰ ਕਿਸੇ ਨਾ ਕਿਸੇ ਦੌਰ ਵਿੱਚ ਲਾਹੌਰ ਫਿਲਮ ਇੰਡਸਟਰੀ ਨਾਲ ਜ਼ਰੂਰ ਜੁੜਿਆ ਰਿਹਾ ਫਜ਼ਲ ਅਹਿਮਦ ਕਰੀਮ ਫਜ਼ਲ ਯੂਪੀ ਭਾਰਤ ਵਿੱਚ ਜਗੀਰਦਾਰ ਸਨ ਉਹਨਾਂ ਦੇ ਪਿਓ ਸૈયਦ ਫਜ਼ਲ ਰੱਬੇ ਫਜ਼ਲੀ ਸਾਰੀ ਹਯਾਤੀ ਆਨਰੀਡ ਮੈਜਿਸਟ੍ਰੇਟ ਰਏ ਤੇ ਉਹਨਾਂ ਨੂੰ ਬ੍ਰਿਟਾਨਵੀ ਸਰਕਾਰ ਵੱਲੋਂ ਖਾਨ ਬਹਾਦਰ ਦਾ ਖਿਤਾਬ ਵੀ ਮਿਲਿਆ ਉਹਨਾਂ ਦੇ ਪੁੱਤਰ ਸૈયਦ ਫਜ਼ਲ ਅਹਿਮਦ ਕਰਮ ਫਜ਼ਲੀ ਸૈયਦ ਹੁਸੈਨ ਫਜ਼ਲੀ ਤੇ ਸૈયਦ ਸਫਤਾਨ ਫਜ਼ਲੀ ਤਿੰਨੇ ਭਰਾ ਸਾਂਝੇ ਹਿੰਦੁਸਤਾਨ ਦੀ ਫਿਲਮ ਇੰਡਸਟਰੀ ਨਾਲ ਜੁੜੇ ਰਹੇ ਹੁਸੈਨ ਹੁਰਾਂ ਦੀ ਪਹਿਲੀ ਫਿਲਮ ਸਾਜੂ ਮੂਰਤੀ ਸੀ ਆਜ਼ਾਦੀ ਮਗਰੋਂ ਵੀ ਉਹਨਾਂ ਕਈ ਫਿਲਮਾਂ ਦੇ ਹਿਦਾਇਤਕਾਰੀ ਕਿ ਜਿਨ੍ਹਾਂ ਵਿੱਚ ਤ੍ਰਿਆ ਚਤਰ 마ਸੂਮ ਫੈਸ਼ਨ ਤੇ ਦਿਲ ਆਉਂਦੀਆਂ ਹਨ ਅਖੀਰੀ ਉਮਰੇ ਬੰਬੇ ਤੋਂ ਕਰਾਚੀ ਆ ਗਏ ਤੇ ਅਖੀਰ ਇੱਥੇ ਹੀ ਉਹ ਆਪਣੇ ਰੱਬ ਨੂੰ ਪਿਆਰੇ ਹੋਏ ਇਸ ਸਾਲ ਦੀ ਖੋਜ ਪਰਖ ਵਿੱਚ ਵਰਤੇ ਗਏ ਰਸਾਲੇ ਅਖਬਾਰ ਰਿਸਰਚ ਆਰਟੀਕਲ ਤੇ ਕਿਤਾਬਾਂ ਦੇ ਹਵਾਲੇ नंबर एक यासीन गुरेजा पाकिस्तान मिलनीयम डायरेक्टरी 2003 लाहौर सफ़ा नंबर एक नंबर दो हफ्त रोज़ा निगार गोल्डन जुबली नंबर 2000 कराची सफा नंबर सैंती नंबर तीन हफ्तावार निगार गोल्डन जुबली नंबर सफ़ा नंबर अठत्ती नंबर चार आशिक चौधरी रोजनामा जंग चौदह नवंबर 2007 नंबर प यासीन गुरेजा सफा नंबर एक सौ नंबर छ हफ्तावार निगार गोल्डन जूबली नंबर सफा नंबर अठत्ती नंबर सात यासीन गुरेजा सफ़ा नंबर बत्ती नंबर आठ यासीन गुरेजा सफा नंबर नंबर नौ यासीन, यासीन गुरेजा सफा नंबर एक सौ नंबर दस इखलाक आतिफ गीता गूंज पंजाब इंस्टीट्यूट ऑफ लैंग्वेज आर्ट एंड कल्चर लाहौर दो तो हज़ार सफ़ा नंबर संताली नंबर ग्यारह हफ्तावार निगार गोल्डन जुबली नंबर सफ़ा नंबर अठत्ती नंबर बारह हफ्तावार निगार गोल्डन जुबली नंबर सफ़ा नंबर अठत्ती नंबर तेरह हफ्तावार निगार गोल्डन जुबली नंबर सफ़ा नंबर अठत्ती नंबर चौदह यासीन गुरेजा सफ़ा नंबर एक सौ तेती नंबर पंद्रह हफ्तावार निगार गोल्डन जुबली नंबर सफ़ा नंबर अठती सोलह नंबर इखलाक आतफ सफ़ा नंबर अठतालीस